ناري رکھ کر دے ناري ਵਿਧਾਇਕ ਸਾਹਿਬ ਵੀ ਖੜੇ ਨੇ ਤੇ ਉਹਨਾਂ ਦੇ ਸਾਥੀ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ 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 ਮੇਰੇ ਅੱਗੇ ਨੂੰ ਹੋ ਜਾਓ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਕਿ ਫੌਜੀ ਮਨਦੀਪ ਸਿੰਘ ਦਾ ਅੰਤਮ ਦੇਹ ਨੂੰ ਸੰਸਕਾਰ ਕਰਨਾ ਗਾ ਦੇ ਦੇਖ ਰਹੇ ਹੋ ਲੋਕਾਂ ਦਾ ਇੱਥੋਂ ਇਕੱਠ ਦੇਖ ਰਹੇ ਹੋ ਤੁਸੀਂ ਪਿੰਡ ਚਨਕੋਈਆਂ ਦੇ ਵਿੱਚ ਮਨਦੀਪ ਸਿੰਘ ਦੀ ਜੋ ਸ਼ਹੀਦ ਮਨਦੀਪ ਸਿੰਘ ਦੀ ਦੇਹ ਆ ਉਹ ਵੀ ਥੋੜ੍ਹੇ ਟਾਈਮ ਦੇ ਵਿੱਚ ਪਹੁੰਚਣ ਵਾਲੀ ਆ ਪੂਰੀਆਂ ਤਿਆਰੀਆਂ ਸੰਸਕਾਰ ਦੀਆਂ ਇਸ ਟਾਈਮ ਕਾਫੀ ਜ਼ਿਆਦਾ ਸਾਬਕਾ ਫੌਜੀ ਪਹੁੰਚੇ ਹੋਏ ਨੇ ਇੱਥੇ ਅਤੇ ਪਿੰਡ ਦੇ ਅਤੇ ਬਹੁਤ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਸੰਸਕਾਰ
ਸ਼ਹੀਦ ਮਨਦੀਪ ਸਿੰਘ ਦਾ ਸੰਸਕਾਰ ਕਰਵਾਉਣ ਦੇ ਲਈ ਦੂਰੋਂ ਨੇੜਿਓਂ ਲੋਕ ਪਹੁੰਚੇ ਨੇ ਥੋੜੇ ਟਾਈਮ ਤੱਕ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਇੱਥੇ ਤੁਸੀਂ ਦੇਖ ਰਹੇ ਹੋ ਕੰਡ ਕੋਈ ਤੋਂ ਲਾਈਵ ਤਸਵੀਰ ਪਿੰਡ ਚਨਕੋਈ ਆ ਕਲਾਂ ਤੋਂ ਕਿਉਂਕਿ ਪਿੰਡ ਤੋਂ ਕਾਫੀ ਦੂਰ ਸੰਸਕਾਰ ਦਾ ਜੋ ਵੀ ਹੈ ਇੱਕ ਕਿਲੋਮੀਟਰ ਤਕਰੀਬ ਘਰ ਤੋਂ ਫੌਜੀ ਮਨਦੀਪ ਸਿੰਘ ਦੀ ਦੇਹ ਨੂੰ ਲੈ ਕੇ ਜੋ ਫੌਜ ਆਈ ਹੋਈ ਆ ਨਾਲ ਉਹਨੂੰ ਲੈ ਕੇ ਚੱਲ ਪਏ ਨੇ ਤਕਰੀਬਨ 5-10 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਣਾ ਬਹੁਤ ਹੀ ਆਰਾਮ ਨਾਲ ਆ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਚਨਕੋਈਆਂ ਕਲਾਂ ਤੋਂ ਦਿਖਾ ਰਿਹਾ ਲਾਈਵ ਤਸਵੀਰਾਂ ਤਕਰੀਬਨ 5-4 ਮਿੰਟਾਂ ਦੇ ਵਿੱਚ ਸ਼ਹੀਦ ਫੌਜੀ ਮਨਦੀਪ ਸਿੰਘ ਦੀ ਦੇਹ ਪਹੁੰਚਣ ਵਾਲੀ ਆ ਸੰਸਕਾਰ ਲਈ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਸੀਂ ਦੇਖ ਰਹੇ ਹੋ ਕਾਫੀ ਜ਼ਿਆਦਾ ਲੋਕਾਂ ਦੀ ਭੀੜ ਸਲਾਮੀ ਦੇਣ ਲਈ ਪੰਜਾਬ ਪੁਲਿਸ ਦੇ ਜਵਾਨ ਵੀ ਪਹੁੰਚ ਚੁੱਕੇ ਨੇ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਪਿੰਡ ਚਨਕੋਈਆਂ ਕਲਾਂ ਤੋਂ ਜੋ ਕਿ ਹਲਕਾ ਪਹਿਲ ਦੇ ਵਿੱਚ ਪੈਂਦਾ ਤੁਸੀਂ ਦੇਖ ਰਹੇ ਹੋ ਸ਼ਹੀਦ ਮਨਦੀਪ ਸਿੰਘ ਦੀ ਜੋ ਦੇਹ ਨੂੰ ਲੈ ਕੇ ਜੋ ਵੀ ਰਸਮਾਂ ਦੇ ਮੁਤਾਬਕ ਲੈ ਕੇ ਲਿਆ ਕੇ ਆਇਆ ਜਾ ਰਿਹਾ ਜੋ ਹਵਾ ਵੀ ਬਹੁਤ ਤੇਜ਼ ਚੱਲ ਰਹੀ ਆ ਤੁਸੀਂ ਦੇਖ ਰਹੇ ਹੋ ਪੂਰੇ ਆਰਮੀ ਦੀ ਜੋ ਯੂਨਿਟ ਆ ਉਸਦੇ ਅੱਗੇ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਬਹੁਤ ਹੀ ਨਜ਼ਦੀਕ ਪਹੁੰਚ ਚੁੱਕੀ ਹੈ ਤੁਹਾਨੂੰ ਤੁਸੀਂ ਦੇਖ ਰਹੇ ਹੋ ਆਰਮੀ ਦੇ ਜਵਾਨ ਅੱਗੇ ਅੱਗੇ ਅਤੇ ਪਿੱਛੇ ਕਾਫੀ ਲੰਬਾ
ਲੋਕਾਂ ਦਾ ਕਾਫਲਾ ਆ ਰਿਹਾ ਹੈਗਾ ਜਿਸ ਵਿੱਚ ਸ਼ਹੀਦ ਮਨਦੀਪ ਸਿੰਘ ਅਮਰ ਰਾਏ ਦੇ ਤੁਸੀਂ ਸੁਣ ਰਹੇ ਹੋਗੇ ਬਾਰ ਬਾਰ ਨਾਰੇ ਲਗਾਏ ਜਾ ਰਹੇ ਨੇ ਆਏ ਨੂੰ ਹੋ ਜਾਓ ਵੀਰੇ ਮਗਰ ਨੂੰ ਹੋ ਜਾਓ ਸਾਰੇ ਫਿਰ ਅਸੀਂ ਵੀ ਮੂਹਰੇ ਕਰਨ ਜਾਣਦੇ ਯਾਰ ਨੀਵੇਂ ਰੱਖੋ ਲਓ ਜੀ ਸਰ ਲਓ ਤੁਸੀਂ ਅੱਗੇ ਜਾਣਾ ਭਾਈ ਸਾਈਡ ਤੇ ਹੋਵੋ ਇਹਨਾਂ ਨੂੰ ਲੰਘਣ ਦਿਓ ਲੇਡੀਜ਼ ਨੂੰ ਲੰਘਣ ਦਿਓ ਦਵੋ ਸਾਈਡ ਦਵੋ ਸ਼ਹੀਦ ਮਨਦੀਪ ਸਿੰਘ ਦੀ
ਅੰਤਮ ਯਾਤਰਾ ਤੁਸੀਂ ਦੇਖ ਰਹੇ ਹੋ ਪਹਿਲੇ ਟੁੱਟਣੇ ਕਿੱਥੇ ਆ ਲੋਕ ਇੱਥੇ ਆ ਚੁੱਕੇ ਆ ਹੋਰਾਂ ਦੇ ਸਾਹਮਣੇ ਪੱਟ ਚੜਾ ਰਹੀ ਹੈ ਫੌਜ ਦਾ ਸਾਹਮਣੇ ਫੌਜ ਦਾ ਸਾਹਮਣੇ ਫੌਜ ਦਾ ਸਾਹਮਣੇ ਬਾਲੇ فوج دے اُچ ادھکاریاں والوں سلامی لے جا رہے ہیں تسی دیکھ رہے ہو بولے سنہ ہندوستان زندہ باد ہندوستان زندہ باد بولے سنہ ہندوستان دے چھڑ دیا ہندوستان زندہ باد ہندوستان زندہ باد بولے سنہ سری اکال ਮਾਵਾ ਬੰਦਾ ਕਿਸੇ ਦਾ
ਡਰੋਨ ਚਾਹੀਦਾ ਉਹ ਡਰੋਨ ਡਰੋਨ ਲਿਆ ਨਹੀਂ ਕੋਈ ਵੀ ਲਾਈਵ ਚੱਲ ਕਿਹੜਾ ਤੁਹਾਡਾ ਪਹਿਨਲੇ ਬਹੁਤ ਮੈਂ ਪਿੰਡ 'ਚ ਬੰਦੇ ਨਹੀਂ ਨਾ ਜਾਣਾ ਦੇਖ ਰਿਹਾ ਤੁਸੀਂ ਲੱਖਾਂ ਦੇ ਹਿਸਾਬ ਨਾਲ ਦੁਨੀਆ ਇੱਥੇ ਪਹੁੰਚੀ ਹੋਈ ਹੈਗੀ ਤੁਹਾਨੂੰ ਦਿਖਾ ਰਿਹਾ ਪਿੰਡ ਚੁਣੀਆਂ ਕਲਾ ਲੈਵ ਤਸਵੀਰਾਂ ਸ਼ਹੀਦ ਮਨਦੀਪ ਸਿੰਘ ਜੋ ਕਿ ਅੰਤਿਮ ਯਾਤਰਾ 'ਚ ਪਹੁੰਚੇ ਹੋਏ ਨੇ ਆਪਣੇ ਇਹਨਾਂ ਦੇ ਸੰਸਕਾਰ ਲਈ ਲੋਕਾਂ ਵੱਲੋਂ ਕਾਫੀ ਦੇਖੋ ਕਿੱਦਾਂ ਲੋਕਾਂ ਦੀ ਭੀੜ ਚਾਰੇ ਪਾਸੇ ਤੁਹਾਨੂੰ ਦਿਖਾ ਰਿਹਾ ਬਲੀਦਾਨ ਦਿਆ ਹੈ ਉਸਕੇ ਸਨਮਾਨ ਮੇ ਆਪ ਇਹ ਫਲੈਗ ਸਵੀਕਾਰ ਕਰੇ ਬਸ ਹੌਲੀ ਹੌਲੀ ਸਰ ਉਹਦੇ ਨਾ ਭਈਆ ਇਹਨਕੋ ਥੋੜਾ ਸਾਈਡ ਕਰਵਾ ਦੋ ਹਟੇਗਾ ਕਿ ਕੋਈ ਹਟੇਗਾ ਨਹੀਂ ਨਹੀਂ ਐਵੇਂ ਦੋ ਦੋ ਮਿੰਟ ਸਭ ਕੋ ਪਛੜ ਪਟਾ ਦਿੱਤੇ ਹਾਂ ਜਾਓ ਉਧਰ ਜਾਓ ਸਰ ਪਲੀਜ਼ ਸਰ ਬਾਤ ਕਿਉਂ ਨਹੀਂ ਮਾਨੋ ਅਭੀ ਫਾਇਰ ਹੋਗਾ ਸਮਝ ਨਹੀਂ ਰਹੇ ਬਾਤ ਅੱਛਾ ਕਿਆ ਨਾ 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 ਕਿਆ ਨਾ
Bye.